ਅੱਜ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਹੀ ਸੋਹਣਾ ਫੈਸਲਾ ਦਿੱਤਾ ਜਿਹਦੇ ਤੇ ਮੈਂ ਤੇ ਬੜਾ ਖੁਸ਼ ਆ ਤੇ ਕਾਫੀ ਜ਼ਿਆਦਾ ਮਾਵਾ ਵੀ ਇੱਥੇ ਬਹੁਤ ਜ਼ਿਆਦਾ ਖੁਸ਼ ਹੋਣਗੇ ਪਰ ਕੁਝ ਬੰਦੇ ਨਰਾਜ਼ ਵੀ ਹੋਣਗੇ ਆਪਾਂ ਗੱਲ ਕਰ ਰਹੇ ਆ ਕਿ ਜਿਹੜੀ ਕੱਲ ਪਰਸੋ ਘਟਨਾਕ ਵਾਪਰੀ ਸਟੰਟ ਕਰਨ ਦੌਰਾਨ ਸਟੰਟ ਕਰਦੇ ਸਮੇਂ ਬਟਾਲੇ ਤੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਟਰੈਕਟਰ ਦੇ ਥੱਲੇ ਉਹ ਆ ਗਿਆ ਤੇ ਬੜੀ ਹੀ ਦੁਖਦਾਈ ਵੀਡੀਓ ਆ ਬੜਾ ਦੇਖ ਕੇ ਇੱਕ ਵਾਰੀ ਬਹੁਤ ਜ਼ਿਆਦਾ ਦੁੱਖ ਲੱਗਦਾ ਵਾ ਕੀ ਜਵਾਨ ਮਾਂ ਦਾ ਪੁੱਤ ਜਿਹੜਾ ਟਰੈਕਟਰ ਥੱਲੇ ਆਣ ਕੇ ਮਰ ਗਿਆ ਤੇ ਉਹ ਵੀ ਸਿਰਫ ਇੱਕ ਫੁਗਰਵਾਜੀ ਕਰਕੇ ਅਰਜੋਤ ਸਿੰਘ ਜੀ ਕਿਦਾਂ ਦੇਖਦੇ ਇਸ ਚੀਜ਼ ਨੂੰ ਰੋਂਗਟੇ ਖੜੇ ਕਰਨ ਵਾਲੀ ਘਟਨਾ ਸੀਗੀ ਵੇਖੋ ਹਜ਼ਾਰਾਂ ਲੋਕ ਗਏ ਉੱਥੇ ਤੁਹਾਨੂੰ ਵੇਖਣ ਆਏ ਨੇ ਬੇਲਾ ਵੇਖਣ ਆਏ ਨੇ ਲੋਕੀ ਆਪਣਾ ਘਰਾਂ ਤੋਂ ਸਮਾਂ ਕੱਢ ਕੇ ਫੁਰਸਤ ਕੱਢ ਕੇ ਇੰਨੀ ਰੁਝੇਵਿਆਂ ਭਰੀ ਜ਼ਿੰਦਗੀ ਆ ਉਹਦੇ ਵਿੱਚੋਂ ਕੱਢ ਕੇ ਮੇਲੇ ਵੇਖਣ ਮੇਲੇ ਲੋਕਾਂ ਦੇ ਨਾਲ ਹੀ ਰੌਣਕਾਂ ਹੁੰਦੀਆਂ ਤੇ ਮੇਲੇ ਸਾਡੇ ਪੰਜਾਬ ਦੀ ਸ਼ਾਨ ਵੀ ਨੇ ਮੇਲੇ ਪਹਿਲਾਂ ਜਿਹੜੇ ਮੇਲੇ ਹੁੰਦੇ ਉਹ ਉਸ ਤੋਂ ਲੈ ਕੇ ਮੇਲਿਆਂ ਦਾ ਤੇ ਬਹੁਤ ਜ਼ਿਆਦਾ ਨਾ ਕਲਚਰ ਹੀ ਬਦਲਤਾ ਬੜੀ ਦੁਖਦਈ ਘਟਨਾ ਹੋਈ ਆ ਇੱਕ ਨਹੀਂ ਹਜ਼ਾਰਾਂ ਹੀ ਤੁਹਾਨੂੰ YouTube ਤੋਂ ਫੇਸਬੁੱਕ ਤੋਂ ਇਹੋ ਜੀਆਂ ਵੀਡੀਓ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਮੁੰਡੇ ਟਰੈਕਟਰ ਟੋਚਨ ਮੁਕਾਬਲਿਆਂ 'ਚ ਇਦਾਂ ਜਿਹੜੇ ਸਟੰਟ ਬਾਜੀ 'ਚ ਹੋਰ ਨਾ ਕੰਮਾਂ 'ਚ ਤੁਹਾਨੂੰ ਇਦਾਂ ਬੜੇ ਜਾਨਾ ਗਵਾ ਚੁੱਕੇ ਬਹੁਤ ਮਾੜੀ ਕਟਨਾ ਇੱਕ ਗੱਲ ਐ ਸੋਚਣ ਵਾਲੀ ਐ ਕਿਸਾਨ ਜਥੇਬੰਦੀਆਂ ਵੀ ਛੋਟੇ-ਛੋਟੇ ਮੁੱਦਿਆਂ 'ਤੇ ਧਰਨੇ ਲਾ ਜਾਂਦੀਆਂ ਧਰਨੇ ਲਾਣ ਬਹਿ ਜਾਂਦੀਆਂ ਕਈ ਕੁਛ ਕਰਦੀਆਂ ਵਾਂ ਉਦੋਂ ਬਾਅਦ ਆਪਾਂ ਵੀ ਕਹਿੰਦੇ ਆ ਕਿ ਜੱਟ ਕਰਜ਼ਾਈ ਹੋ ਗਿਆ ਠੀਕ ਐ ਅਸੀਂ ਵੀ ਜਿੰਮੇਦਾਰ ਪਰਿਵਾਰ 'ਚ ਸਬੰਧ ਰੱਖਦੇ ਆ ਤੇ ਮੈਂ ਜਿਹੜੇ ਲੱਛਣ ਦੇਖੀਦੇ ਆ ਮਿਲਦਾ ਜੱਟ ਤੇ ਇਹਨਾਂ ਚੀਜ਼ਾਂ ਕਰਕੇ ਕਰਜਾਈ ਨਹੀਂ ਵੇਖੋ ਇੱਕ ਮੁਕਾਬਲਾ ਹੁੰਦਾ ਕਿਸੇ ਵੀ ਜਦੋਂ ਆਪਾਂ ਚਲੋ ਫੇਸਬੁੱਕ ਚ ਲਾਉਂਦਿਆਂ ਵੇਖਦੇ ਰਹੀਦਾ ਟਰੈਕਟਰਾਂ ਦੇ ਮੁਕਾਬਲੇ ਹੁੰਦੇ ਦੋ ਦੋ ਟਰੈਕਟਰ ਟੋਚਨ ਪਾਏ ਹੁੰਦੇ ਆ ਟਰੈਕਟਰਾਂ ਦੀਆਂ ਜੋੜੀਆਂ ਪਿਛਲੇ ਟਾਰਾਂ ਦੀ ਖਸਾ ਕੇ ਚੱਲ ਜਾਂਦੇ ਧੂਆਂ ਨਿਕਲਦਾ ਹੁੰਦਾ ਥੱਲੋਂ ਜਗਾ ਕਾਲੀ ਹੋਈ ਹੁੰਦੀ ਆ ਸਵਾਹ ਬਣ ਜਾਂਦੀ ਟਾਇਰਾਂ ਦੀ ਜਿਹੜੀ ਰਬੜ ਹੁੰਦੀ ਆ ਉਥੇ ਜੇ ਅਸੀਂ ਆਪਣੇ ਉਹਨੂੰ ਕਿਵੇਂ ਪੇਸ਼ ਕਰਾਂਗੇ ਅਸੀਂ ਇੱਕ ਇੱਕ ਮੇਲੇ ਤੇ ਟਾਰਾਂ ਦੀ ਜੋੜੀ ਕਸਾਈ ਜਾ ਰਹੇ ਆ ਆਹੋ ਇੱਕ ਆਪਾਂ ਥੋੜੀ ਜਿਹਾ ਅਸੀਂ ਆਪਣੇ ਉਹਨੂੰ ਪੇਸ਼ ਕਿਵੇਂ ਕਰਾਂਗੇ ਪਈ ਕਰਜਾਈ ਆ ਬਿਲਕੁਲ ਆਪਾਂ ਇੱਕ ਕੈਲਕੂਲੇਸ਼ਨ ਲਾ ਰਹੀ ਮੰਨ ਲਓ 200 ਟਰੈਕਟਰ ਆਇਆ ਇੱਕ ਮੇਲੇ ਚ ਉਹ ਚ 1 2 3 ਹੀ ਜਿੱਤਣਗੇ ਬਿਲਕੁਲ ਤਿੰਨ ਮਗਰ ਤੇ 200 ਟਰੈਕਟਰ ਤੇ ਆਪਣੀ ਟਾਇਰਾਂ ਦੀ ਜੋੜੀ ਤੇ ਖਸਾ ਗਿਆ ਨਾ ਉਹ ਉਹਦਾ ਕੌਣ ਹਰਜਾ ਜਿਹੜਾ ਹਰਜਾਨਾ ਕੌਣ ਤੇ ਫਿਰ ਜੱਟ ਨੇ ਕਰਜਾਈ ਹੋਣਾ ਅੱਛਾ ਹੋਰ ਉਸ ਤੋਂ ਇਲਾਵਾ ਜਿਹੜੇ ਤੁਸੀਂ ਉੱਤੇ ਪਹਿਲਾਂ ਹੋਰ ਟੱਸ਼ਨ ਕਰਦੇ ਹੋ ਇੰਨਾ ਲੋਹਾ ਬੰਤਦਾ ਜਿਹੜੇ ਟਾਇਰਾਂ ਚ ਭਰਤੀ ਹੈ ਪਾਣੀ ਭਰਤਾ ਉਹਨੂੰ ਟਰਬੋ ਲਵਾਲੇ ਨੂੰ ਮਤਲਬ ਜੋਰ ਵਾਉਣ ਲਈ ਆਪਣਾ ਫੂਕਰ ਪਾਣਾ ਵਿਖਾਉਣ ਲਈ ਪਰ ਜੇ ਗੱਲ ਭਾਜੀ ਇੱਕ ਮੇਲਿਆਂ ਦੀ ਜਿਹੜੀ ਗੱਲ ਹੁੰਦੀ ਹੈ ਨਾ ਮੇਲਿਆਂ 'ਚ ਜੋਰ ਤੇ ਫਿਰ ਆਪਣਾ ਦਿਖਾਉਣਾ ਭਾਜੀ ਮੇਲੇ ਪਹਿਲਾਂ ਜਿਹੜੇ ਮੇਲੇ ਦਾ ਬੰਦਾ ਬਾਧਰ ਮੰਨਦਾ ਜਿਹੜੇ ਪਹਿਲਾਂ ਮੇਲੇ ਸੀਗੇ ਉਹਨਾਂ 'ਚ ਤੇ ਅੱਜ ਤੱਕ ਜ਼ਮੀਨ ਅਸਮਾਨ ਦਾ ਫਰਕ ਆ ਹੂੰਣ ਅੱਗੇ ਮੇਲੇ ਦਿਖਾਈ ਜਾਂਦੇ ਹੀ ਆਪਣਾ ਸਰੀਰ ਦਾ ਯੂਰ ਦਿਖਾਇਆ ਜਾਂਦਾ ਸੀਗਾ ਲੋਕ ਆਪਣੀਆਂ ਜਿਹੀਆਂ ਖਰਾਕਾ ਖਾਧੀਆਂ ਹੁੰਦੀਆਂ ਨੇ ਉਹਨਾਂ ਦਾ ਲੋਕਾਂ ਯੂਰ ਦਿਖਾਇਆ ਜਾਂਦਾ ਮੇਲਿਆਂ 'ਚ ਜਾ ਕੇ ਲੋਕ ਵੀ ਵੇਖਣ ਆਉਂਦੇ ਸੀ ਤੇ ਕਿੱਡੇ-ਕਿਡੇ ਸੋਹਣੇ ਗੱਭਰੂ ਜਵਾਨ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਪਾ ਲਈਆਂ ਡਾਂਡ ਬੈਟ ਕਾ ਮਾਰ ਕੇ ਜਿਨ੍ਹਾਂ ਨੇ ਆਪਣਾ ਸਰੀਰ ਕਮਾਇਆ ਹੁੰਦਾ ਉਹ ਮੇਲਿਆਂ 'ਚ ਜਾਂਦੇ ਲੋਕ ਉਹਨਾਂ ਨੂੰ ਵੇਖਣ ਆਉਂਦੇ ਹੁਣ ਟਰੈਕਟਰ ਸਟੰਟ 'ਚ ਜਿਹੜਾ ਚੱਲ ਗਿਆ ਬੰਦਾ ਇੱਕ ਤਾਂ ਚਲੋ ਸਟੰਟ ਕਰਨ ਲੱਗ ਗਿਆ ਉਹਨੂੰ ਵੇਖਣ ਲਈ ਭੀੜ ਇਕੱਠੀ ਹੋ ਗਈ ਸਾਰੇ ਟੱਬਰ ਦੇ ਘਰ ਖੂਨ ਸੁੱਕਿਆ ਰਹਿਣਾ ਸਾਹ ਸੁੱਕੇ ਰਹਿਣ ਸਾਡੇ ਨੈਣੇ ਤਾਂ ਥੱਲੇ ਆ ਜੇ ਕਿਤੇ ਸਹੀ ਗੱਲ ਸਹੀ ਗੱਲ ਜਿਹੜਾ ਜਿਹੜਾ ਤੇ ਟਰੈਕਟਰ ਤੇ ਬੈਠਾ ਏ ਉਹਦੇ ਘਰ ਦੇ ਵੀ ਸੁੱਕਣੇ ਪਏ ਤੇ ਜਿਹੜੇ ਵੇਖਣ ਗਏ ਆ ਉਹਨਾਂ ਦੇ ਵੀ ਜਾਣ ਤੰਗ ਕਿਵੇਂ ਦਾ ਕਿੱਧਰ ਨੂੰ ਚੜ ਜੂਗਾ ਹੁਣ ਜਿਹੜਾ ਟਰੈਕਟਰ ਦੇ ਘੜਨਾ ਵਾਪਰੀ ਆ ਉਹ ਟਰੈਕਟਰ ਖੜਾ ਹੋ ਗਿਆ ਤੇ ਤੁਰਨ ਲੱਗ ਗਿਆ ਹੀ ਗਾਂਗਾ ਨੂੰ ਉਹ ਤੇ ਕੀ ਪਤਾ ਕਿੰਨੇ ਜੀ ਲੈ ਕੇ ਬਹਿਣਾ ਸੀ ਇਹਦੇ ਚਲੋ ਇਹ ਇੱਕ ਮੁੰਡਾ ਥੱਲੇ ਆ ਕੇ ਮਰ ਗਿਆ ਕੀ ਪਤਾ 10 ਵੀ 50 ਕਿੰਨੇ ਮਰ ਜਾਂਦੇ ਜਦੋਂ ਉਹਦੀ ਰੇਸ ਉਹਦੇ ਕੋਲ ਹੀ ਕੰਟਰੋਲ ਚਾਹੀ ਤੇ ਕਿਸੇ ਤੀਸਰੇ ਕੋ ਕਿੱਦਾਂ ਹੁੰਦੀ ਆ ਜਿਹੜਾ ਰਜੀਦਾ ਰੋਜ ਦਾ ਅਭਿਆਸ ਸੀਗਾ ਉਹਦੇ ਕੋ ਨਹੀਂ ਹੋ ਸਕਿਆ ਹੋਰ ਬੰਦਾ ਉਹਨੂੰ ਕਿਵੇਂ ਕੰਟਰੋਲ ਕਰ ਲਊਗਾ ਜਾਨ ਗਵਾ ਲਈ ਜਾਨ ਗਵਾ ਕੇ ਪਰਿਵਾਰ ਨੂੰ ਕੀ ਮਿਲ ਗਿਆ ਟਰੈਕਟਰ ਵਾਲੇ ਮੇਲੇ ਵਾਲੇ ਜੇ ਜਿੱਤ ਵੀ ਜਾਂਦਾ ਕਿੰਨੇ ਪੈਸੇ ਦੇ ਦਿੰਦੇ ਹੁਣ ਬੱਚੇ ਕੌਣ ਪਾਲੂ ਹੂੰ ਹੁਣ ਬੱਚੇ ਕੌਣ ਪਾਲੂਗਾ ਬੱਚੇ ਵੀ ਵਿਚਾਰੇ ਰੁਲ ਗਏ ਮਾਪੇ ਉਹਨਾਂ ਨੂੰ ਵੀ ਹੋ ਗਿਆ ਅੱਛਾ ਦੂਜੀ ਗੱਲ ਵੀ ਲੋਕਾਂ ਵਾਸਤੇ ਵੀ ਹਮੇਸ਼ਾ ਲਈ ਡਰ ਦਾ ਮੋਲ ਬਣ ਗਿਆ ਇਹਦੇ ਚਾਹ ਕੁਝ ਵੀ ਹੁੰਦਾ ਬਿਲਕੁਲ ਹੁਣ ਇਹਦੇ ਚ ਕੀ ਆ ਕਿ ਦੇਖੋ ਆਪਾਂ ਵੀਡੀਓ ਚ ਦੇਖਦੇ ਆ ਕਈ ਵਾਰ ਟਰੈਕਟਰਾਂ ਦੇ ਦੋ ਦੋ ਟੋਟੇ ਹੋ ਜਾਂਦੇ ਆ ਟਰੈਕਟਰਾਂ ਨੂੰ ਅੱਗ ਲੱਗ ਜਾਂਦੀ ਇਕੱਲੇ ਟੋਚਣ ਮੁਕਾਬਲੇ ਨਹੀਂ ਜਿਹੜੇ ਸਟੰਟ ਹੋ ਗਏ ਐ ਤਵੀਆਂ ਵਾਲੇ ਮੁਕਾਬਲੇ ਜਿਹੜੇ ਹੋ ਗਏ ਇਦਾਂ ਦੀਆਂ ਬੜੀਆਂ ਚੀਜ਼ਾਂ ਯਾਰ ਤੁਸੀਂ ਆਪਣਾ ਪਿਛੋਕੜ ਦੇਖੋ ਬੜਦਾਂ ਦੀਆਂ ਦੌੜਾਂ ਲੱਗਦੀਆਂ ਹੁੰਦੀਆਂ ਭਾਜੀ ਘੋੜ ਦੌੜਾਂ ਹੁੰਦੀਆਂ ਸੀਗੀਆਂ ਬਲਦਾਂ ਦੀਆਂ ਦੌੜਾਂ ਹੁੰਦੀਆਂ ਸੀਗੀਆਂ ਬੈਲ ਗੱਡੀਆਂ ਦੀਆਂ ਦੌੜਾਂ ਹੁੰਦੀਆਂ ਸੀਗੀਆਂ ਹਲਟਾਂ ਦੀਆਂ ਦੌੜਾਂ ਹੁੰਦੀਆਂ ਸੀਗੀਆਂ ਅ ਕਿੱਲਾ ਪੁੱਟਦੇ ਸੀਗੇ ਆ ਦੇ ਤੇ ਘੋੜੇ ਤੇ ਚੜਕੇ ਨੰਗ ਸਿੰਘ ਤੇ ਅਜੇ ਵੀ ਉਹ ਤਰਪ ਪੱਥਰ ਚੁੱਕਦੇ ਪਤਾ ਲੱਗਦਾ ਹੈ ਬੰਦੇ ਦੀ ਜਾਨ ਦਾ ਪਤਾ ਲੱਗਦਾ ਹੈ ਕਿਵੇਂ ਰੱਸਾ ਕੱਸੀ ਹੁੰਦੀ ਹੀ ਕਬੱਡੀਆਂ ਹੁੰਦੀਆਂ ਘੋਲ ਹੁੰਦੇ ਜਿਨ੍ਹਾਂ ਨੂੰ ਅੱਛਾ ਫਿਰ ਆਪਣੇ ਬਾਈ ਬਾਜੀਗਰ ਭਾਈਚਾਰਾ ਇਹ ਆਪਣੇ ਕਰਤੱਵ ਵਿਖਾਉਂਦੇ ਹੁੰਦੇ ਸੀ ਉਹ ਸੀਗੇ ਖੇਡਾਂ ਹਾਂ ਖੇਡ ਕਿਹੜੀਆਂ ਖੇਡਾਂ ਨੇ ਅੱਛਾ ਟੋਚਨ ਮੁਕਾਬਲਾ ਕਰਦੇ ਟੋਚਨ ਮੋਟਰਸਾਈਕਲਾਂ ਦਾ ਵੀ ਲਾਉਣ ਲੱਗ ਗਿਆ ਅੱਜ ਕੱਲ ਮੋਟਰਸਾਈਕਲਾਂ ਦਾ ਟੋਚਨ ਅੱਛਾ ਮੋਟਰਸਾਈਕਲਾਂ ਦਾ ਟੋਚਨ ਤੇ ਪੈਣਾ ਟਰਾਲੀਆਂ ਦੀ ਬੈਗ ਦਾ ਉੱਡ ਜੀ ਅੱਛਾ ਬੈਗ ਟਰਾਲੀ ਲੈ ਕੇ ਜਾਣਦੇ ਤੁਸੀਂ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਜਿੱਥੇ ਵੀ ਲੈ ਕੇ ਜਾ ਰਹੇ ਹੋ ਕਿਹੜਾ ਲੌਜੀਕ ਬਣਦਾ ਆ ਪਿਟਰੋਲੀਆਂ ਭੈਗਦੀਆਂ ਤੋੜਾ ਹੋ ਗਈਆਂ ਜੀ ਟਰੈਕਟਰਾਂ ਤੇ ਸਟੰਟ ਕਰੋ ਜੀ ਟੋਚਨ ਪਾਓ ਜੀ ਜ਼ੋਰ ਤੇ ਲੱਗਣ ਦਾ ਟਰੈਕਟਰ ਦਾ ਹਾਂ ਤੁਹਾਡੇ ਵਿੱਚ ਕੀ ਬਾਤ ਰਹੀ ਹੈ ਉਹ ਕਮਨ ਸਿੰਘ ਮਾਨ ਨੇ ਜਿਹੜਾ ਜ ਫੈਸਲਾ ਲਿਆ ਪਹਿਲਾਂ ਲੈਣਾ ਚਾਹੀਦਾ ਸੀ ਬਿਲਕੁਲ ਲੈਣਾ ਚਾਹੀਦਾ ਜਿਹੜਾ ਦੇਰ ਆਏ ਦਰੁਸਤ ਆਏ ਚਲੋ ਬਹੁਤ ਵਧੀਆ ਆ ਚਲੋ ਉਹਦੇ ਚ ਇੱਕ ਨੌਜਵਾਨ ਦੀ ਜਾਨ ਵੀ ਗਈ ਆ ਜਿਹੜੀ ਨਹੀਂ ਸੀ ਜਾਣੀ ਚਾਹੀਦੀ ਇਸ ਤੋਂ ਪਹਿਲਾਂ ਵੀ ਇੱਕ ਉਹ ਬਿਆਨ ਲੱਗਾ ਸੀਗਾ ਬਲਦਾਂ ਦੀ ਦੌੜਾਂ ਤੇ ਅੱਛਾ ਉਹ ਲੱਗਾ ਸੀਗਾ ਬਿਆਨ ਵੀ ਜਿਹੜੇ ਤੁਸੀਂ ਉਹਦੇ ਨਾ ਜਦੋਂ ਡੰਡਾ ਹੁੰਦਾ ਸੀਗਾ ਨਾ ਡੰਡੇ ਦੇ ਅੱਗੇ ਮੇਖ ਲਾਈ ਹੁੰਦੀ ਅੱਛਾ ਉਹ ਮੇਖ ਮਾਰਦੇ ਹੁੰਦੇ ਸੀ ਬਲਦੇ ਦੇ ਦੌੜ ਦੇ ਦੇ ਅੱਛਾ ਉਹ ਫਿਰ ਕਿਸੇ ਨੇ ਆਧਾਰ ਬਣਾ ਕੇ ਉਹਦੇ ਤੇ ਲਾਤੀ ਉਹ ਅਜੇ ਤੱਕ ਸਟੇ ਲੱਗਾ ਹੋਇਆ ਬਲਦਾਂ ਦੀਆਂ ਦੌੜਾਂ ਤੇ ਅਜੇ ਤੱਕ پابੰਦੀ ਆ ਇਹ ਕਿਲਾ ਰਾਏਪੁਰ ਤੇ ਹੋਰ ਜਿਹੜੀਆਂ ਖੇਡਾਂ ਹੁੰਦੀਆਂ ਨੇ ਉਹਨਾਂ ਚ ਦੌੜਦੇ ਉੱਤੋਂ ਲੱਗੀਆਂ ਸੀਗੀਆਂ ਉਹ ਹੁੰਦੀਆਂ ਜਿਹੜੀਆਂ ਅਜੇ ਤੱਕ ਨਹੀਂ ਵਾਹ ਲੋ ਸੀਗੀਆਂ ਚਲੋ ਚੰਗੀ ਗੱਲ ਸੀਗੀ ਜਾਨਵਰ ਨਾਲ ਮਾੜਾ ਵਰਤਾਓ ਕਰਨਾ ਵੀ ਬਹੁਤ ਗਲਤ ਗੱਲ ਸੀਗੀ ਪਰ ਅਸੀਂ ਜਿਹੜਾ ਹੋਣ ਦਾ ਸਮਾਂ ਆ ਲੋਕਾਂ ਨੂੰ ਵੀ ਵਿਚਾਰਨ ਚਾਹੀਦਾ ਸਰਕਾਰਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਕਬੱਡੀਆਂ ਦੇ ਮੈਚ ਹੋਣ ਪਰਾਣੀਆਂ ਜਿੰਨੀਆਂ ਖੇਡਾਂ ਸੀ ਉਹਨਾਂ 'ਤੇ ਧਿਆਨ ਦਿੱਤਾ ਜਾਵੇ ਤਾਂ ਕਿ ਲੋਕ ਨਸ਼ਿਆਂ ਵੱਲੋਂ ਮੁੜਨ ਬੰਦੀ ਲੱਗੀ ਆ ਬਹੁਤ ਵਧੀਆ ਕੰਮ ਹੋਇਆ ਤੇ ਲੱਗਣੀ ਚਾਹੀਦੀ ਆ ਇਹ ਹਮੇਸ਼ਾ ਲਈ ਲੱਗਣੀ ਚਾਹੀਦੀ ਰੋਲਾ ਤਾਂ ਬਹੁਤ ਪਾਊਗਾ ਹਾਂ ਨੇ ਰੋਲਾ ਪਾਊਗਾ ਪਰ ਆਪਾਂ ਇਸ ਚੀਜ਼ ਦੇ ਹੱਕ 'ਚਾਂ ਕਿਉਂਕਿ ਭਾਈ ਅੱਜਕੱਲ ਤਕਰੀਬਨ ਇਕੱਲੇ ਇਕੱਲੇ ਮਾਵਾ ਦੇ ਪੁੱਤ ਨੇ ਤੇ ਕਿਸੇ ਦਾ ਨੁਕਸਾਨ ਹੋਏ ਬਹੁਤ ਜ਼ਿਆਦਾ ਮਾੜੀ ਗੱਲ ਆ ਅਸੀਂ ਕਰਜਾਈ 100% ਹੋਣਾ ਹੀ ਹੋਣਾ ਜੇ ਅਸੀਂ ਆਪਣੀਆਂ ਆਤਾਂ ਨਹੀਂ ਸੁਧਾਰੀਆਂ ਤੇ ਇਹ ਜੋ ਹਾਲਾਤ ਚੱਲਦੇ ਪਏ ਆ ਨਾ ਦਨ ਬਦਨ ਸਾ ਆਪਾਂ ਥੱਲੇ ਨੂੰ ਜਾਵਾਂਗੇ ਔਰ ਜਿਹੜੇ ਜਿਆਦਾਤਰ ਇਹ ਜਿਹੜੇ ਕੰਪੀਟੀਸ਼ਨ ਹੈ ਨਾ ਉਹ ਐਨ ਆਰ ਆਈ ਨੇ ਸਹਿਯੋਗ ਨਾਲ ਕਰਾਉਂਦੇ ਆ ਐਨ ਆਰ ਆਈ ਨੂੰ ਸਹਿਯੋਗ ਕਰਨਾ ਚਾਹੀਦਾ ਪਰ ਥੋੜਾ ਜਿਹਾ ਦੇਖ ਜਿਹੜੇ ਐਨ ਆਰ ਆਈ ਭਰਾ ਨੇ ਉਹਨਾਂ ਨੇ ਬਹੁਤ ਵਧੀਆ ਗੱਲ ਨੇ ਮੇਲੇ ਕਰਾਉਂਦੇ ਨੇ ਉਹਨਾਂ ਦਾ ਬਹੁਤ ਧੰਨਵਾਦ ਪਰ ਉਹਨਾਂ ਨੂੰ ਮੇਲੇ ਕਰਾਉਣ ਤੇ ਜਿਹੜਾ ਪੈਸਾ ਖਰਚਦੇ ਉਹਦੀ ਥੋੜੀ ਜੀ ਡਾਇਰੈਕਸ਼ਨ ਬਤਲ ਲੈਣੀ ਚਾਹੀਦੀ ਆ ਹਾਂ ਉਹ ਕਰਨ ਕੀ ਪਿੰਡਾਂ 'ਚ ਮੇਰੇ ਸੁਝਾਇਆ ਕਿ ਪਿੰਡਾਂ 'ਚ ਇੱਕ ਇੱਕ ਕਲੱਬ ਖੁੱਲਣ ਉੱਥੇ ਇੱਕ ਜਿਮ ਦਾ ਸਮਾਨ ਲੈ ਕੇ ਦੇਣ ਸਰਕਾਰਾਂ ਵਾਲੇ ਵੇਖਣ ਤੋਂ ਬਿਨਾਂ ਕੋਈ ਵੀ ਆਪ ਵੀ ਕਰ ਸਕਦੇ ਨੇ ਤਾਂ ਸਹੀ ਗੱਲ ਹੈ ਇੱਕ ਇੱਕ ਕਿਤੇ ਸਾਂਝੀ ਪੰਚਾਇਤੀ ਜਗ੍ਹਾ 'ਚ ਇੱਕ ਗਰਾਊਂਡ ਬਣਾ ਦਿੱਤੀ ਜਾਵੇ ਪਿੰਡ ਹਰ ਪਿੰਡ ਦੀ ਇੱਕ ਟੀਮ ਬਣੇ ਜਿਹੜੇ ਪਿੰਡ 'ਚ ਐਨ ਆਰ ਆਈ ਭਰਾ ਕਰ ਸਕਦੇ ਨੇ ਕਬੱਡੀ ਆ ਉਹਨਾਂ ਮੁੰਡਿਆਂ ਨੂੰ ਮਹੀਨਾ ਦਾ ਸਮਾਨ ਲੱਗੇ ਹਾਂ ਹਰ ਮਹੀਨੇ ਉਹਨਾਂ ਨੂੰ ਪੀਪੇ ਦੇ ਦਿਓ ਕਿਉਂ ਦੇ ਪੀਪੇ ਦੇ ਦਿਓ ਉਹਨਾਂ ਨੂੰ ਹੋਰ ਜੋ ਸਮਾਨ ਚਾਹੀਦਾ ਉਹ ਦਿਓ ਉਹਨਾਂ ਦੀ ਖਾਣ ਲਈ ਬਦਾਮ ਇੱਕ ਕੋਚ ਦਾ ਪ੍ਰਬੰਧ ਕਰਕੇ ਦਿਓ ਹਾਂ ਅੱਛਾ ਫੇਰ ਆਪਣੇ ਪਿੰਡ ਮੁਕਾਬਲਾ ਕਰਾਓ ਦੂਜੇ ਪਿੰਡਾਂ ਦੀਆਂ ਟੀਮਾਂ ਨਾਲ ਬਿਲਕੁਲ ਬਿਲਕੁਲ ਜਿਹੜਾ ਪੜਦਾ ਆ ਇਹ ਕੀ ਆਪੀ ਟਰੈਕਟਰ ਇਕੱਠੇ ਕਰ ਲਓ ਮੋਟਰਸੈਲ ਇਕੱਠੇ ਕਰ ਲਓ ਇਹ ਲੌਜਿਕ ਨਹੀਂ ਬਣਦਾ ਅਸੀਂ ਆਪਣੇ ਆਪਣੀ ਕੌਮ ਦਾ ਪੈਸਾ ਬਰਬਾਦ ਕਰ ਰਹੇ ਹਾਂ ਜਿਹੜਾ ਅਸੀਂ ਮਿਹਨਤ ਨਾਲ ਕਮਾਇਆ ਹੋਇਆ ਐਨਆਰਆਈ ਭਰਾਵਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਤੁਸੀਂ ਆਪਣਾ ਪੈਸਾ ਜਿਹੜਾ ਉਹਨੂੰ ਥੋੜਾ ਜਿਹਾ ਰਵਾਇਤੀ ਵਾਲੇ ਪਾਸੇ ਲੈ ਕੇ ਆਓ ਤਾਂ ਕਿ ਤੁਹਾਡਾ ਵੀ ਨਾਮ ਬਣੇ ਕਿ ਕਿਸੇ ਐਨਆਰਆਈ ਨੇ ਆਪਣੇ ਪਰਵਰਿਤੀ ਕਲਚਰ ਨੂੰ ਉੱਪਰ ਚੁੱਕਣ ਵਾਸਤੇ ਕੁਝ ਨਾ ਕੁਝ ਯੋਗਦਾਨ ਪਾਇਆ ਰਹਿੰਦੀਆਂ ਪੁਸ਼ਤਾ ਤੁਹਾਡਾ ਨਾਮ ਯਾਦ ਰੱਖਣੀਆਂ ਜੇ ਤੁਸੀਂ ਇਸ ਪਾਸੇ ਆ ਗਏ ਸੋ ਜਿਹੜਾ ਭਗਵੰਤ ਮਾਨ ਸਾਹਿਬ ਨੇ ਫੈਸਲਾ ਕੀਤਾ ਆਪਾਂ ਉਦੀ ਬੜੀ ਸ਼ਲਾਘਾ ਕਰਦੇ ਆਂ ਉਮੀਦ ਕਰਦੇ ਆਂ ਕਿ ਅਗਲੇ ਵੀ ਜਿਹੜੇ ਫੈਸਲੇ ਪੰਜਾਬ ਸਰਕਾਰ ਲੋਕਾਂ ਨੂੰ ਧਿਆਨ ਚ ਰੱਖਦੇ ਹੋਏ ਵਧੀਆ ਫੈਸਲੇ ਕਰੇ ਜਿਹਦੇ ਨਾਲ ਆਮ ਲੋਕਾਂ ਦਾ ਕੋਈ ਨਾ ਕੋਈ ਫਾਇਦਾ ਹੋ ਸਕੇ ਸੋ ਦੋਸਤੋ ਮਿਲਦੇ ਆਂ ਜੀ ਫੇਰ ਇੱਕ ਨਵੇਂ ਵੀਡੀਓ ਦੇ ਨਾਲ ਧੰਨਵਾਦ